ਅਸਲਾਮ ਵਾਲੇਕਮ ਸਿਆਸੀ ਦੇ ਰਾਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਲਾਹੌਰ ਦੇ ਵਿੱਚ ਵੱਡੀ ਮੁਲਾਕਾਤ ਤੇ ਵੱਡਾ ਫੈਸਲਾ ਬੜੇ ਰੌਲੇ ਪੈ ਨੇ ਲਾਹੌਰ ਸ਼ਹਿਰ ਜਿਹੜਾ ਨਾ ਜਦੋਂ ਦਾ ਜ਼ਮਾਨ ਪਾਰਕ ਤੇ ਵਿੱਚ ਰੰਗੀਲਾ ਜੀ ਲੱਤਾਂ ਬੰਨ ਕੇ ਆ ਕੇ ਬੈਠੇ ਨੇ ਤੇ ਮਹਿਫਲਾਂ ਸਜਾਈਆਂ ਨੇ ਲਾਹੌਰ ਦਾ ਬਜਟ ਖਾਈ ਜਾ ਰਹੇ ਨੇ ਲਾਹੌਰ ਦੇ ਬਜਟ ਲਾਹੌਰ ਦੀਆਂ ਗਲੀਆਂ ਨਾਲੀਆਂ ਸੜਕਾਂ ਸਫਾਈ ਸੁਥਰਾਈ ਸਾਰਾ ਬਜਟ ਜਿਹੜਾ ਉਹ ਰੰਗੀਲਾ ਕੱਲੇ ਦਾ ਕੱਲਾ ਖਾਈ ਜਾ ਰਿਹਾ ਦੇਸੀ ਚੂਚੇ ਦੇਸੀ ਬਕਰੇ ਦੇਸੀ ਮੁੰਡੇ ਦੇਸੀ ਪਤਾ ਨਹੀਂ ਕੀ ਕੀ ਉੱਥੇ ਚੀਜ਼ਾਂ ਜਿਹੜੀਆਂ ਨੇ ਖਾਣ ਪੀਣ ਵਾਲੀਆਂ ਉਹ ਖਾਈ ਜਾ ਰਿਹਾ ਔਰ ਬਿਲਕੁਲ ਇੰਜ ਹੀ ਬਿਠਾ ਜਿਵੇਂ ਇਹ ਬੜਾ ਵੱਡਾ ਕੋਈ ਕਿਸੇ ਸਲਤਨਤ ਦਾ ਬਾਦਸ਼ਾਹ ਹੈ ਯਕੀਨ ਕਰੋ ਕਿ ਇੰਜੀ ਪਾ ਲੱਗਦਾ ਹੈ ਬਈ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਉਹ ਕਿਸੇ ਸਲਤਨਤ ਦੇ ਬਾਦਸ਼ਾਹ ਹੁੰਦੇ ਸੀ ਉਸੇ ਤਰ੍ਹਾਂ ਹੀ ਇਹ ਲੱਤਾਂ ਦੇ ਲੱਤਾਂ 'ਚ ਰੱਖ ਕੇ ਬੈਠਾ ਜਾਂ ਬੰਦੇ ਆਂਦੇ ਨੇ ਲੱਤਾਂ ਉੱਤੇ ਪੱਟੀ ਬੰਨ ਲਿੰਦਾ ਤੇ ਇੱਕ ਲੱਤ ਜਿਹੜੀ ਹੈ ਉਪਰਾਂ ਨਾਲ ਟੇਬਲ ਤੇ ਰੱਖ ਲਿੰਦਾ ਵਹਾਨ ਆਸਤੇ ਬਚਾਰਾਂ ਨੇ ਕੋਈ ਦੇਜ ਕਿ ਜਾਏਗਾ ਸਹਰੀ ਗੱਲ ਹੈ ਜਿੰਨੇ ਉੱਥੇ ਪੁੱਛਣ ਜਾਣਾ ਹੈ ਕਿ ਸਰ ਤੁਹਾਡੀ ਲੱਤ ਦਾ ਕੀ ਹਾਲ ਹੈ ਤੇ ਕੋ 2-4 ਲੱਖ ਰੁਪਈਆ ਤੇ ਉਸ ਦੇ ਕੇ ਆਣੀ ਹੈ ਨਾ ਉਹਨੂੰ ਪਤਾ ਲੱਗਦਾ ਹੈ ਬਈ 10 ਬੰਦੇ ਆ ਰਹੇ ਨੇ ਤੇ ਅਗਰ 2-2 ਲੱਖ ਵੀ ਦੇਣਗੇ ਤੇ 20 ਲੱਖ ਤੇ ਹੋ ਜਾਏਗਾ ਲੱਤਵਾਲ ਉਧਰੋਂ ਅਲੱਗਾ ਪੈਸਾ ਕਮਾ ਰਿਆ ਲਾਹੌਰ ਕੂੜੇ ਦਾ ਢੇਰ ਬਣ ਗਿਆ ਜਿਸ ਦਿਨ ਦਾ ਅਜ਼ਮਾਨ پارک ਚ ਬੈਠਾ ਕਿਉਂਕਿ ਸਫਾਈ ਸੁਥਰਾਈ ਦਾ ਸਾਰਾ ਪੈਸਾ ਜਿਹੜਾ ਉਹ ਇਹਦੇ ਤੇ ਲੱਗਦਾ ਪਿਆ ਮਤਲਬ ਦੇਸੀ ਚੂਸੇ ਕਿੰਨੇ ਮਹੰਗੇ ਦੇਸੀ ਆਂਡੇ ਦੇਸੀ ਬੱਕਰੇ ਦੇਸੀ ਮੁੰਡੇ ਔਰ ਦੇਸੀ ਪਾਣੀ ਦੇਸੀ ਚਿੱਟਾ ਦੇਸੀ ਕਰਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੇ ਪੈਸੇ ਲੱਗਦੇ ਇਹ ਐਵੇਂ ਨਹੀਂ ਲੱਗਦੀਆਂ ਤੇ ਇਹ ਇੱਕ ਸ਼ਹਿਜ਼ਾਦੇ ਦੀ ਤਰ੍ਹਾਂ ਉੱਥੇ ਬਹਿ ਕੇ ਤੇ ਲਾਹੌਰ ਸ਼ਹਿਰ ਜਿਹੜੇ ਲਾਹੌਰੀਏ ਨੇ ਉਹਨਾਂ ਤੇ ਜਿਹੜਾ ਬਜਟ ਲੱਗਣਾ ਹੈ ਪੰਜਾਬ ਹਕੂਮਤ ਦਾ ਉਹ ਬਜਟ ਇੱਕ ਖਾਂਦਾ ਪਿਆ ਔਰ ਫਿਰ ਇਹ ਵੀਕ ਢਕਾਰ ਵੀ ਨਹੀਂ ਮਾਰਦਾ ਮਿੱਠਾ ਜੀ ਢਕਾਰ ਵੀ ਨਹੀਂ ਮਾਰਦਾ ਤੇ ਫਿਰ ਕਹਿੰਦੇ ਬੰਦਾ ਤਾਂ ਬੜਾ ਇਮਾਨਦਾਰ ਹੈ ਉਹਦਾ ਕਿਹਾ ਪਾਕਿਸਤਾਨ ਪੂਰਾ ਲੁੱਟ ਕੇ ਲੈ ਗਿਆ ਲੇਕਿਨ ਬੰਦਾ ਤਾਂ ਇਮਾਨਦਾਰ ਹੈ ਨਾ ਜੀ ਬੰਦਾ ਤਾਂ ਇਮਾਨਦਾਰ ਹੈ ਠੀਕ ਹੈ ਨਾ ਜੀ ਇਹ ਸਰਕਾਰ ਲਾਹੌਰ ਦੇ ਵਿੱਚ ਵੱਡੀ ਮੁਲਾਕਾਤ ਹੁੰਦੀ ਹੈ ਰਾਣਾ ਸੁਨਾਉਲਾ ਸਾਹਿਬ ਨੂੰ ਲਾਹੌਰ ਹਾਈ ਕੋਰਟ ਨੇ ਬਾ ਇਜ਼ਤ ਬਰੀ ਕਰ ਦਿੱਤਾ ਹੈ ਤੀਸਰੀ ਖਬਰ ਇਹ ਦੇਚ ਹੋਏਗੀ ਕਿ ਮੈਨੂੰ ਐਨ ਆਰਓ ਚਾਹੀਦਾ ਏ ਨਿਆਜ਼ੀ ਦਾ عارف ﺍﻟवी ਨੂੰ ਆਖਰੀ ਟੈਲੀਫੋਨ ਤਿੰਨ ਵੱਡੀਆਂ ਖਬਰਾਂ ਮੈਂ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨੀਆਂ ਧਿਆਨ ਤੁਸੀਂ ਆਪਣਾ ਪੂਰਾ ਦੇਣਾ ਸਭ ਤੋਂ ਪਹਿਲੇ ਅਸੀਂ ਰਾਣਾ ਸਨਾਉੱਲਾ ਲ ਆ ਜਾਂਦੇ ਹਾਂ ਤੁਹਾਨੂੰ ਪਤਾ ਹੈ ਰਾਣਾ ਜੀ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਮੋਟਰਵੇ ਤੇ ਖਿਲਾਰ ਕੇ ਤੇ ਸ਼ਹਰੀਅਰ ਅਫਰੀਦੀ ਨੇ ਇੱਕ ਹੋਰ ਕੋਈ ਜਰਨਲ ਸੀ ਪਤਾ ਨਹੀਂ ਮੇਰੇ ਦਿਨ ਚੋਂ ਉਹਦਾ ਨਾਂ ਨਿਕਲ ਗਿਆ ਕਿਧਰੇ ਟਕਰਿਆ ਤੇ ਉਹਨੂੰ ਪੁੱਛਾਂਗੇ ਕਿ ਮਿੱਠਾ ਜੀ ਵੇਖ ਲਓ ਤੁਸੀਂ ਕੀ ਕੀਤਾ ਸੀ ਇਹਨਾਂ ਮਿਲ ਕੇ ਸ਼ਹਿਰੀਅਰ ਅਫਰੀਦੀ ਔਰ ਉਹਦਾ ਭਤੀਜਾ ਯਾਸਰ ਅਫਰੀਦੀ ਤੇ ਉਹਦਾ ਇੱਕ ਹੋਰ ਭਤੀਜਾ ਉਹ ਅਜੇਂਦਰ ਇਹ ਚਿੱਟੇ ਦੇ ਕੇਸ 'ਚ ਇਹ ਜਿਹੜੀ ਵੇਸ਼ਤੇ ਨੇ ਚਿੱਟਾ ਵੇਸ਼ਤੇ ਨੇ ਜਿਹੜਾ ਪੂਰੇ ਸਰਾਵਲ ਪਿੰਡੀ ਡਿਵੀਜ਼ਨ ਦੇ ਵਿੱਚ ਔਰ ਇਸਲਾਮਾਬਾਦ ਦੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਮੈਂ ਇਹ बार-बार ਭਲਾ ਕਿਉਂ ਦੱਸਣਾ تاکہ عوام ਨੂੰ ਪਤਾ ਲੱਗੇ ਕਿ ਇਹ ਕੌਣ ਲੋਕ ਨੇ ਸ਼ਾਇਰ یار ਅਫਰੀਦੀ علی আমিন ਗੰਡਾਪੁਰ اور ਨਿਆਜ਼ੀ ਇਹ ਤਿੰਨੋਂ ਮਿਲ ਕੇ ਤੁਸੀਂ ਸਮਝੋ ਕਿ 라ਵਲਪਿੰਡੀ ਡਿਵੀਜ਼ਨ اور اسلام آباد ਦੇ ਵਿੱਚ ਜਿੰਨੀ ਵੀ ਮਨਸ਼ਾਤ ਵਿਕਦੀ ਹੈ ਉਹ ਸਾਰੀ ਇਹ ਵੇਚਦੇ ਸੈਂ ਮੈਂ ਸਾਦਾ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਔਰ ਇਹਦੇ ਚੋ ਜ਼ਿਆਦਾ ਜਿਹੜਾ ਹਿੱਸਾ ਹੈ ਉਹ ਸ਼ਾਇਰ یار ਅਫਰੀਦੀ ਦਾ ਕਿਉਂਕਿ ਉਹ ਪੂਰੀ ਦੀ ਪੂਰੀ ਫੈਮਲੀ ਜਿਹੜੀ ਹੈ ਉਹ ਇਹ ਕੰਮ ਕਰਦੀ ਹੈ ਠੀਕ ਹੈ ਨਾ ਜੀ ਔਰ ਯਾਸਰ ਅਫਰੀਦੀ ਉਹਦਾ ਭਤੀਜਾ ਔਰ ਇੱਕ ਹੋਰ ਉਹਦਾ ਮੇਰੇ ਜ਼ਿਹਨ ਚੋਂ ਨਾ ਨਿਕਲ ਗਿਆ ਉਹ ਹਜੇ ਵੀ ਅੰਦਰ ਹੈ ਇਹ ਸਾਰੇ ਇਹ ਕੰਮ ਕਰਦੇ ਨੇ ਔਰ ਅਲੀ আমিন ਗੰਡਾਪੁਰ ਕਿਉਂਕਿ ਇਹ ਇਹ ਉਹ ਲੋਕ ਨੇ ਜਿਨ੍ਹਾਂ ਕਦੀ ਹਲਾਲ ਦੀ ਨਹੀਂ ਖਾਧੀ ਔਰ ਇਹ ਨਮਾ ਪਾਕਿਸਤਾਨ ਸਾਨੂੰ ਨਾ ਬਣਾ ਕੇ ਦੇਣਾ ਸੀ ਨਾ ਇਹਨਾਂ ਸਾਨੂੰ ਮਦੀਨੇ ਦੀ ਰਿਆਸਤ ਦੇਣੀ ਸੀ ਨਮਾ ਪਾਕਿਸਤਾਨ ਦੇਣਾ ਸੀ 350 ਡੈਮ ਦੇਣੇ ਸੀ ਫ੍ਰੀ ਤਾਲੀਮ ਦੇਣੀ ਸੀ ਉਸ ਤੋਂ ਬਾਅਦ ਫ੍ਰੀ ਸਾਨੂੰ ਦਵਾਈਆਂ ਦੇਣੀਆਂ ਸੀ ਇਹ ਅਮਰੀਕਾ ਦੇ ਸਟੈਂਡਰਡ ਦੇ ਮੁਤਾਬਕ ਸਾਨੂੰ ਇਹਨਾਂ ਰੱਖਣਾ ਸੀ ਤੇ ਇਹ ਇਹ ਤੂੰ ਦੇ ਕੀ ਕਰਦੇ ਜੀ? ਮਨਸ਼ੀਆਤ ਵੇਚਦੇ ਨੇ। ਔਰ ਉਹੀ ਮਨਸ਼ੀਆਤ ਦਾ 20 ਕਿਲੋ ਜਿਹੜੇ ਨੇ ਸ਼ਰੀਆ ਰਫਰੀਦੀ ਦੇ ਆਪਣੀ ਜਿਹੜੀ ਮਨਸ਼ੀਆਤ ਸੀ ਉਹ ਲਿਆ ਕੇ ਰਾਣੇ ਦੀ ਗੱਡੀ ਦੇ ਵਿੱਚ ਰੱਖੀ ਗਏ। ਕਿਉਂਕਿ ਰਾਣੇ ਦੀ ਸ਼ਕਲ ਇਮਰਾਨ ਖਾਨ ਨੂੰ ਔਰ ਪੀਰਨੀ ਨੂੰ ਪਸੰਦ ਨਹੀਂ ਸੀ। ਕਿਉਂਕਿ ਜਿਵੇਂ ਰਾਣਾ ਰੋਜ਼ ਰਗੜਾ ਲਾਂਦਾ ਸੀ ਪੀਰਨੀ ਨੂੰ ਪੂਰਾ ਕੋਟ ਕੇ ਲਿਆ ਕੇ ਚੱਕੀ ਚਲਾਉਂਦਾ ਸੀ ਪੀਰਨੀ ਦੀ ਔਰ ਨਾਲ ਨਿਆਜ਼ੀ ਦੀ ਪੂਰੀ ਚੱਕੀ ਜਿਹੜੀ ਉਹ ਗੇੜਦਾ ਸੀ ਹਰ ਰੋਜ਼। ਆਪੋਜੀਸ਼ਨ ਦੇ ਦੌਰ ਦੇ ਵਿੱਚ ਇੱਕ ਸਿਆਸੀ ਡੇਰਾ ਚੱਕੀ ਗੇੜ ਦਾ ਸੀ ਤੇ ਇੱਕ ਰਾਣਾ ਸਨਾਉਲਾ ਚੱਕੀ ਗੇੜ ਦਾ ਸੀ ਉਸ ਦੌਰ ਦੇ ਵਿੱਚ ਜਦੋਂ ਜ਼ਬਾਨਾ ਬੰਦ ਸੀ ਜਦੋਂ ਬੋਲਣ ਵਾਲੇ ਗਾਇਬ ਕਰ ਦਿੱਤੇ ਜਾਂਦੇ ਸੀ ਉਸ ਦੌਰ ਦੇ ਵਿੱਚ ਮੈਂ ਔਰ ਰਾਣੇ ਨੇ ਚੱਕੀ ਗੇੜੀ ਇਹਨਾਂ ਦੀ ਤੇ ਰਾਣੇ ਦੀ ਗੱਡੀ ਦੇ ਵਿੱਚ ਰੱਖੀ ਗਈ ਇਹ ਸਾਰੀ ਮੁਨਸ਼ਿਆਤ ਸ਼ਹਿਰ ਯਾਰ ਅਫਰੀਦੀ ਨੇ ਔਰ ਉਸ ਤੋਂ ਬਾਅਦ ਫਿਰ ਆ ਕੇ ਕੁਰਾਨ ਉਠਾਏ ਗਏ ਕਸਮਾਂ ਉਠਾਈਆਂ ਗਈਆਂ ਪਾਰਲੀਮੈਂਟ ਦੇ ਵਿੱਚ ਕੁਰਾਨਾ ਦੀਆਂ ਕਸਮਾਂ ਉਠਾਈਆਂ ਗਈਆਂ ਕਿ ਇਹ ਬਿਲਕੁਲ ਅਸੀਂ ਸਹੀ ਫੜੀ ਹੈ ਲੇਕਿਨ ਅੱਜ ਲਾਹੌਰ ਹਾਈ ਕੋਰਟ ਨੇ ਰਾਣਾ ਸਨਾਵਲਾ ਨੂੰ ਉਸ ਕੇਸ ਦੇ ਵਿੱਚ ਬაਇਜ਼ਤ ਬਰੀ ਕੀਤਾ ਉਹਨਾਂ ਦੇ بار-ਬਾਰ ਪਿਛਲੇ ਡੇਢ ਸਾਲ ਤੋਂ ਉਹ ਸਬੂਤ ਮੰਗਦੇ ਰਹੇ ਨੇ ਸ਼ੈਰਯਾਰ ਅਫਰੀਦੀ ਕੋਲੋਂ ਔਰ ਉਸ ਜਰਨਲ ਕੋਲੋਂ ਜਿਹੜਾ ਉਹਦੇ ਨਾਲ ਸੀ ਕਿ ਦੋਵੇਂ ਆ ਹੋਰ ਸਬੂਤ ਦਿਓ ਕਿੱਥੇ ਫੜੀ ਗਈ ਕਿੱਥੋਂ ਆਸਾਂ ਦੀ ਕਿਵੇਂ ਕਿਵੇਂ ਤੁਸੀਂ ਇਹ ਕੀਤਾ ਲੇਕਿਨ ਉਹ ਹਾਜ਼ਰ ਨਹੀਂ ਹੋਇਆ ਅਦਾਲਤ ਤੇ ਕਿਉਂਕਿ ਪੀਰਨੀ ਦੀ ਚੱਕੀ ਗੇੜਦਾ ਸੀ ਰਾਣਾ ਔਰ ਨਿਆਜ਼ੀ ਦੀ ਚੱਕੀ ਗੇੜਦਾ ਸੀ ਰਾਣਾ ਉਹ ਗੱਲ ਪਸੰਦ ਨਹੀਂ ਸੀ ਇਹ ਚੱਕੀ ਗਿੜਨ ਤੋਂ ਬਾਅਦ ਉਹਦਾ ਬਦਲਾ ਲੈਣ ਵਾਸਤੇ ਰਾਣਾ ਸਨਾਵਲਾ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨੂੰ ਫਿਰ ਇੱਕ ਕਾਲ ਕੋਠੜੀ ਦੇ ਵਿੱਚ ਰੱਖਿਆ ਗਿਆ ਜਿੱਥੇ ਨਾ ਬਿਸਤਰਾ ਨਾ ਕੋਈ ਚਿਟਾਈ ਨਾ ਕੋਈ ਸਰਹਾਣਾ ਨਾ ਕੋਈ ਕੋਈ ਸ਼ੈ ਨਹੀਂ ਉੱਥੇ ਜਿੱਥੇ ਮੱਛਰ ਔਰ ਲਾਲ ਬੈਗ ਔਰ ਕੋਈ ਪੱਖਾ ਨਹੀਂ ਤੇ ਕੋਈ ਕੁਛ ਨਹੀਂ ਲੇਕਿਨ ਸ਼ੇਰ ਦੀ ਤਰ੍ਹਾਂ ਡਟਿਆ ਰਿਆ ਰਾਣਾ ਸੁਨੌਲਾ ਸ਼ੇਰ ਦੀ ਤਰ੍ਹਾਂ ਡਟਿਆ ਰਿਆ ਔਰ ਇਹ ਬੰਦਾ ਜਿਹੜਾ ਖੁਦ ਘਰੋਂ ਬਾਹਰ ਨੇ ਨਿਕਲਦਾ ਕਿ ਮੈਨੂੰ ਰਾਣੇ ਨੇ ਗ੍ਰਿਫਤਾਰ ਕਰ ਲੈਣਾ ਇਹ ਫਰਕ ਹੁੰਦਾ ਸਿਆਸੀ ਲੀਡਰਾਂ ਚ ਤੇ ਸਿਆਸੀ ਗਿੱਦੜਾਂ ਚ ਗੱਲ ਸਮਝਿਓ ਕਿ ਨਹੀਂ ਮਿੱਠਾ ਜੀ ਤੇ ਰਾਣਾ ਸਾਹਿਬ ਨੂੰ ਵੱਡੀਆਂ-ਵੱਡੀਆਂ ਮੁਬਾਰਕਾਂ ਸਾਡੇ ਵੱਲੋਂ ਅਸੀਂ ਤੇ ਪਹਿਲੇ ਦੇ ਨਹੀਂ ਤੁਹਾਡੀ ਜੰਗ ਜਿਹੜੀ ਹੈ ਤੁਹਾਡੇ ਨਾਲ ਮਿਲ ਕੇ ਲੜੀ ਸੀ ਕਿ ਇਹ ਇਹਨਾਂ ਗਲਤ ਕੀਤਾ ਹੈ ਇਹਦਾ ਖਮਿਆਜ਼ਾ ਜਿਹੜਾ ਇਹ ਬੂਤਣਗੇ ਇੱਕ ਦਿਨ ਇਨਸ਼ਾ ਅੱਲਾਹ ਤਾਲਾ ਔਰ ਮੈਂ ਰਾਣਾ ਸ ਨਾਲ ਉਹਨੂੰ ਕਹਿਣਾ ਕਿ ਸ਼ਰੀਅਰ ਅਫਰੀਦੀ ਅਗਰ ਤੈਨੂੰ ਇਸਲਾਮਾਬਾਦ ਦੇ ਵਿੱਚ ਕਿਦਰੇ ਮਿਲ ਜਾਏ ਇਸੇ ਕੇਸ ਤੇ ਵਿੱਚ ਉਹਨੂੰ ਗ੍ਰਿਫਤਾਰ ਕਰ ਲੈ ਅਗਰ ਤੂੰ ਗ੍ਰਿਫਤਾਰ ਨਹੀਂ ਕਰੇਂਗਾ ਤੇ ਤੇਰੇ ਨਾਲ ਸਾਡੀ ਵੀ ਨਾਰਾਜ਼ਗੀ ਜਿਹੜੀ ਉਹ ਬਣੇਗੀ ਮਿੱਠਾ ਜੀ ਠੀਕ ਹੈ ਨਾ ਜੀ ਹੁਣ ਜਨਾਬ ਇਹ ਰਾਣਾ ਸਾਹਿਬ ਜਿਹੜੇ ਨੇ ਇਹ ਹੋ ਜਾਂਦੇ ਨੇ ਬਾਜਤ ਬੜੀ ਉਹਨਾਂ ਨੂੰ ਬੜੀ-ਬੜੀ ਹੋਏ ਮੁਬਾਰਕਬਾਦ ਦੂਸਰੀ ਖਬਰ ਲਾਹੌਰ ਚ ਵੱਡੀ ਮੁਲਾਕਾਤ ਲਾਹੌਰ ਦੇ ਇਲਾਕੇ ਗੁਲਬਰਗ ਦੇ ਵਿੱਚ ਕੌਣ ਰਹਿੰਦਾ ਚੌਧਰੀ ਬਰਾਦਰਾਂ ਰਹਿੰਦੇ ਨੇ 5 6 7 8 ਵੱਡੀਆਂ-ਵੱਡੀਆਂ ਕੋਠੀਆਂ ਮਿਠਿਆ ਸਾੜੀਆਂ ਦੀਆਂ ਵੱਡੇ ਲੋਕ ਨੇ ਵੱਡੇ ਚੌਧਰੀ ਨੇ ਸਾਡੀ ਬਰਾਦਰੀ ਹੈ ਅਸੀਂ ਇੱਜ਼ਤ ਕਰਦੇ ਹਾਂ ਨਾ ਚੌਧਰੀ ਬਰਾਦਰਾਂ ਦੀ ਉੱਥੇ ਹਣ ਮੁਲਾਕਾਤ ਹੁੰਦੀ ਹੈ ਚੌਧਰੀ ਬਰਾਦਰਾਂ ਯਾਨੀ ਪ੍ਰਵੇਸ਼ ਲਾਈ ਔਰ ਮੂਨਸ ਲਾਈ ਦੇ ਨਾਲ ਕਿਸੇ ਦੀ ਮੁਲਾਕਾਤ ਹੁੰਦੀ ਹੈ ਉੱਥੇ ਫਿਰ ਉਹ ਉਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਸਮਝਾਉਂਦੇ ਨੇ ਯਾਰੀ ਆਪਣੇ ਤਰੀਕੇ ਨਾਲ ਹੀ ਸਮਝਾਣਾ ਹੁੰਦਾ ਨਾ ਕਿ ਭਾਈ ਉਹਨੂੰ ਕੋ ਬੰਦਾ ਬਣ ਜਾ ਤੇ ਤੁਸੀਂ ਬੰਦੇ ਦੇ ਪੁੱਤਰ ਬਣ ਜਾ ਪਾਕਿਸਤਾਨ ਦੇ ਹਾਲਾਤ ਤੁਸੀਂ ਕੀ ਛੱਡੇ ਨੇ ਐ ਪੰਜਾਬ ਤੁਸੀਂ ਪਿਓ ਪੁੱਤਰ ਖਾ ਗਏ ਹੋ ਪਾਕਿਸਤਾਨ ਉਹ ਗੋਗੀਆਂ ਪੀਰਨੀਆਂ ਦੇ ਨਾਲ ਲੁੱਟ ਕੇ ਲੈ ਗਿਆ ਹੈ ਖਜ਼ਾਨਾ ਖਾਲੀ ਪਿਆ ਹੈ ਅਫਰਾ ਤਫਰੀ ਤੁਸੀਂ ਪਾਈ ਹੈ ਤੇ ਇਹ ਮੁਲਕ ਦਾ ਖਿਆਲ ਕਰਨਾ ਹੈ ਕਿ ਨਹੀਂ ਕਰਨਾ ਜਿਹੜੇ ادارے ਦੇ ਨਾਲ ਗੱਲ ਕਰਨੇ ਆ ਜਿਹੜੇ ਮੁਲਕ ਦੇ ਨਾਲ ਗੱਲ ਕਰਨੇ ਆ ਜੀ ਸਾਡੀ ਮਦਦ ਕਰੋ ਉਹ ਸਭ ਤੋਂ ਪਹਿਲੇ ਇੱਕੋ ਗੱਲ ਕਹਿੰਦੇ ਨੇ ਜੀ ਪਹਿਲੇ ਉਹ ਜਿਹੜੀਆਂ ਲੱਤਾਂ ਟੁੱਟੀਆਂ ਨੇ ਉਹਨੂੰ ਤਾਂ ਸਮਝਾਓ ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਮੇਮ ਚਲਾਈ ਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਆਰਟੀਕਲ ਪਾਕਿਸਤਾਨ ਦੇ ਖਿਲਾਫ ਲਿਖਵਾਏ ਹੁੰਦੇ ਨੇ ਪੈਸੇ ਦੇ ਕੇ ਤੇ ਕੌਣ ਇੱਥੇ ਆ ਕੇ ਇਨਵੈਸਟਮੈਂਟ ਕਰੇ ਕੌਣ ਆ ਕੇ ਇੱਥੇ ਪੈਸਾ ਲਾਏ ਉਹ ਫਿਰ ਸਮਝਾਉਣ ਵਾਲਿਆਂ ਨੇ ਲਾਹੌਰ ਗੁਲਬਰਗ ਦੇ ਵਿੱਚ ਇਹ ਜਿਹੜੀ ਮੁਲਾਕਾਤ ਕੀਤੀ ਏ ਪ੍ਰਵੇਜ ਲਾਈ ਸਾਹਿਬ ਔਰ ਮੂਨਸ ਲਾਈ ਸਾਹਿਬ ਨਾਲ ਉਹਨਾਂ ਨੂੰ ਸਮਝਾਇਆ ਕਿ ਭਾਈ ਜੀ ਇਨਸਾਨ ਬਣ ਜਾਓ ਔਰ ਪਾਕਿਸਤਾਨ ਨੂੰ ਅੱਗੇ ਲੈ ਕੇ ਚੱਲੀਏ ਹੁਣ ਗਲਤੀ ਦੀ ਗੁੰਜਾਇਸ਼ ਨਹੀਂ ਇਹ ਉਹਨਾਂ ਨੇ ਸਮਝਾਇਆ ਇਹਨਾਂ ਦੋਹਾਂ ਪਿਓ ਪੁੱਤਰਾਂ ਨੂੰ ਕਿ ਗਲਤੀ ਦੀ ਹੁਣ ਗੁੰਜਾਇਸ਼ ਨਹੀਂ ਜੇ ਹੁਣ ਕੋੜਾ ਕੁਸਿਆ ਜੇ ਕੋਈ ਗਲਤੀ ਹੋਈ ਤੇ ਉਹ ਉਹਦਾ ਖਮਿਆਜ਼ਾ ਫਿਰ ਤੁਸੀਂ ਪਹੁੰਚ ਤਾ ਬੜੇ ਸਾਲ ਹੋ ਗਏ ਨੇ ਤੁਹਾਡੀਆਂ ਵੀ ਅਸੀਂ ਨੈਪੀਆਂ ਚੇਂਜ ਕਰਦੇ ਰਹੇ ਨਾ ਉਹਨਾਂ ਨੇ ਨਾ ਦੋ ਆਪੇ ਉਤਰਨ ਕਿਹਾ ਅੱਛਾ ਜੀ ਅੱਗੇ ਆ ਜਾਓ ਨਿਆਜ਼ੀ ਹੁਣ ਕਹਿੰਦਾ ਕਿ ਮੈਨੂੰ ਐਨ ਆਰਓ ਦੇ ਕਿਨੂੰ ਕਹਿੰਦਾ ਆਖਰੀ ਟੈਲੀਫੋਨ ਕਾਲ ਕੀਤੀ ਸੂ ਔਰ ਉਸ ਤੋਂ ਬਾਅਦ ਕਤ ਤੱਲਕ ਜਿਹੜਾ ਉਹ ਕੈਨ ਵਾਲੇ ਕਹਿੰਦੇ ਨੇ ਹੋ ਗਿਆ ਆਰਫ ﺍﻟवी ਨੂੰ ਕਿ ਮੈਨੂੰ ਐਨ ਆਰਓ ਲੈ ਕੇ ਦੇ ਜੋ ਮਰਜ਼ੀ ਕਰਦਾ ਜਿੰਨੀ ਮਰਜ਼ੀ ਕੀਮਤ ਲੱਗਦੀ ਹੈ ਜਿੰਨੀ ਮਰਜ਼ੀ ਤਗਦੋ ਲੱਗਦੀ ਹੈ ਜਿੰਨੀ ਮਰਜ਼ੀ ਤੂੰ ਲੋਕਾਂ ਦੇ ਤਰਲੇ ਕਰਨੇ ਨੇ ਮੈਨੂੰ ਐਨ ਆਰਓ ਚਾਹੀਦਾ ਵਰਨਾ ਮੈਂ ਬਚਦਾ ਨਹੀਂ ਮੈਂ ਤੇਰਾ ਬਾਸ ਰਿਆਂ ਮੈਂ ਤੇਰਾ ਲੀਡਰ ਆ ਮੈਨੂੰ ਐਨ ਆਰਓ ਲੈ ਕੇ ਦੇ ਤੂੰ ਸਦਰੇ ਪਾਕਿਸਤਾਨ ਨੇ ਤੇ ਮੇਰੇ ਆਸਤੇ ਕੋਈ ਗੱਲ ਕਰ ਇੰਨਾ ਕਹਿ ਕੇ ਤੇ ਫੋਨ ਬੰਦ ਹੋ ਜਾਂਦਾ ਕਿਉਂਕਿ ਆਰਫ ਹਲਵੀ ਨੇ ਕਿਹਾ ਕਿ ਸਾਬ ਮੈਂ ਹਾਂ ਤੁਹਾਡੇ ਆਸਤੇ ਕੁਝ ਨਹੀਂ ਕਰ ਸਕਦਾ ਕਿਉਂਕਿ ਜੋ ਕੁਛ ਤੂੰ ਕਰ ਦਿੱਤਾ ਮੈਂ ਤੈਨੂੰ ਬਾਰ-ਬਾਰ ਸਮਝਾਉਂਦਾ ਰਿਹਾ ਕਿ ਇੰਨਾ ਅੱਗੇ ਨਾ ਜਾ ਲੇਕਿਨ ਤੂੰ ਫੈਸਲੇ ਆਖੇ ਲੱਗ ਕੇ ਇੰਨਾ ਅੱਗੇ ਚਲਾ ਗਿਆ ਸਾ ਕਿ ਹੁਣ ਤੈਨੂੰ ਐਨਆਰਓ ਨਹੀਂ ਮਿਲ ਸਕਦਾ ਹੁਣ ਤੈਨੂੰ ਭੁਗਤਣਾ ਪੈਣਾ ਹੈ ਹੁਣ ਤੈਨੂੰ ਜੇਲ੍ਹਾਂ 'ਚ ਜਾਣਾ ਪੈਣਾ ਹੈ ਹੁਣ ਤੈਨੂੰ ਨਾਹਲੀਆਂ ਬਰਦਾਸ਼ਤ ਕਰਨੀਆਂ ਪੈਣੀਆਂ ਹੁਣ ਤੈਨੂੰ ਪਾਰਟੀ ਤੇਰੀ ਖਤਮ ਜਿਹੜੀ ਇਹ ਹੋਣੀ ਪੈਣੀ ਹੁਣ ਤੇਰਾ ਸਾਰਾ ਸਿਰ ਤੋਂ ਲੱਕੇ ਤੇ ਪੈਰ ਤੱਕ ਇhtisab ਜਿਹੜਾ ਉਹ ਸਾਇਆਂ ਨੇ ਕਰਨਾ ਹੈ ਮੈਂ ਹੁਣ ਤੈਨੂੰ ਐਨਆਰਓ ਨਹੀਂ ਦੇ ਸਕਦਾ ਤੇ ਇਸ ਹੱਦ ਤੱਕ ਗੱਲ ਜਿਹੜੀ ਇਹ ਪਹੁੰਚ ਚੁੱਕੀ ਹੈ ਬਹੁਤ ਸ਼ੁਕਰੀਆ